ਆਪਣਾ ਇੱਕ ਮਸ਼ਹੂਰ ਜ਼ਮਾਨਾ ਗੀਤ ਕਾਫੀ ਅਰਸੇ ਤੋਂ ਜਿਹੜਾ ਕਿ ਮੇਰੇ ਆਪਣੇ ਵੀ ਪਸੰਦ ਹੈ ਆਪਣੇ ਸਾਰੇ ਗੀਤਾਂ 'ਚੋਂ ਉਵੇਂ ਤਾਂ ਕੋਈ ਵੀ ਅਗਰ ਆਰਟਿਸਟ ਹੋਵੇ ਚਾਹੇ ਉਹ ਮੁਸੱਵਰ ਹੈ ਚਾਹੇ ਉਹ ਅਦਾਕਾਰ ਹੈ ਚਾਹੇ ਫਨਕਾਰ ਹੈ ਫਨੂਨ ਲਤੀਫਾ ਜੇ ਕੋਈ ਵੀ ਸਿਨਫ ਨਾਲ ਤੋਂ ਤਾਲੁਕ ਹੋਵੇ ਤਾਂ ਉਹ ਆਪਣੇ ਜਿਹੜੇ ਚੀਜ਼ਾਂ ਹੁੰਦੇ ਉਹਨਾਂ ਚੀਜ਼ਾਂ ਨਾਲ ਆਪਣੇ ਤਖੀਲ ਨਾਲ ਔਰ ਉਹਦੇ ਨਾਲ ਬੜੀ ਉਹਨਾਂ ਕੋਲ ਮੁਹੱਬਤ ਹੁੰਦੀ ਹੈ ਲੇਕਿਨ ਇਹ ਗੀਤ ਜਿਹੜਾ ਮੈਂ ਤੁਹਾਨੂੰ ਸੁਣਿੰਦਾ ਪਈ ਹਾਂ ਇਹ ਉਹ ਗੀਤ ਹੈ ਕਿ ਜਿਹੜਾ ਗੀਤ ਮੈਂ ਜਿਹੜੇ ਵੇਲੇ ਰਿਕਾਰਡ ਕਰਿੰਦਾ ਪਈ ਹਾਂ ਤਾਂ ਉਹ ਟਾਈਮ ਬਗੈਰ ਕਿ ਰੀਟੇਕ ਦੇ ਇਹ ਗੀਤ ਮੈਂ ਪਹਿਲੀ ਟੇਕ 'ਤੇ ਹੀ ਇੱਕ ਹੋ ਕੇ ਕੀਤਾ ਹਾਂ ਔਰ ਅਤਾਉਲਾਈ ਸਖਲਵੀ ਸਾਹਿਬ ਉਹਨਾਂ ਦਾ ਸਟੂਡੀਓ ਜੇਲ ਰੋਡ 'ਤੇ ਲਾਹੌਰੀ 'ਚ ਉਹਦੇ ਵਿੱਚ ਮੇਰੀ ਰਿਕਾਰਡਿੰਗ ਹੋਈ ਔਰ ਉਹਦੇ ਵਿੱਚ ਕਾਫੀ ਦੋਸਤ ਵੀ ਮੌਜੂਦ ਹਨ ਤਾਂ ਸਾਰਾ ਪਸੰਦ ਕੀਤਾ ਜੀ ਔਰ ਬਾਅਦ ਹੀ ਜਿਹੜੇ ਐਲਬਮ ਆਇਆ ਤਾਂ ਮੇਰੇ ਚਾਹਣ ਵਾਲਾ ਨੇ ਉਹ ਗੀਤ ਬਹੁਤ ਪਸੰਦ ਕੀਤਾ ਉਹ ਗੀਤ ਥੋੜ੍ਹੀ ਨਜ਼ਰ ਕਰੇ ਸਨ ਅਫਜ਼ਲ ਆਜਿਜ਼ ਸਾਹਿਬ ਨੇ ਇਹਦੀ ਮੌਸੀਕੀ ਦਿੱਤੀ ਹੈ ਜ਼ਿੰਦਗੀ ਬਣੀ ਤਮਾਸ਼ਾ ਜ਼ਿੰਦਗੀ ਬਣੀ ਤਮਾਸ਼ਾ ਕੋਈ ਨਾ ਸਕੂਨ ਰਹਿ ਗਏ ਹਾਲਤ ਹਲਾਕ ਮੇਰੀ ਮੂੰਹ ਤੇ ਨਾ ਖੂਨ ਰਹਿ ਗਏ ਔਖਾ ਨਥੀ ਮੇ ਸ਼ਾਲਾ ਨਿੰਦਰਾ ਮੇਰਾ ਮਨੇ ਨੀ ਗੈਰਾਂ ਦੇ ਆਖੇ ਲੱਗ ਕੇ ਦੁਸ਼ਮਣ ਮੇਰੇ